ਡিয়ার ਸਟੂਡੈਂਟਸ ਵੈਲਕਮ ਅਗੇਨ ਅੱਜ ਦਾ ਆਪਣਾ ਟੌਪਿਕ ਹੈ ਇੰਪੋਰਟੈਂਸ ਆਫ ਆਈਸੀਟੀ ਆਈਸੀਟੀ ਦਾ ਮਹੱਤਵ ਆਈਸੀਟੀ ਕਿਹੜੇ-ਕਿਹੜੇ ਪੱਖ ਤੋਂ ਮਹੱਤਵਪੂਰਨ ਹੈ ਫਰਸਟ ਹੈ ਆਨਲਾਈਨ ਸ਼ਾਪਿੰਗ ਹੁਣ ਜਿਹੜੀ ਆਈਸੀਟੀ ਐਨੂੰ ਅਸੀਂ ਵੱਧ ਤੋਂ ਵੱਧ ਜਿਹੜੀ ਵਰਤੋਂ ਆਨਲਾਈਨ ਸ਼ਾਪਿੰਗ ਦੇ ਲਈ ਵੀ ਵਰਤਦੇ ਹਾਂ ਕਿਉਂਕਿ ਇਹਨਾਂ ਸਾਨੂੰ ਘਰ ਬੈਠੇ ਬਿਠਾਏ ਜਿਸ ਤਰ੍ਹਾਂ ਦਾ ਅਸੀਂ ਮਟੀਰੀਅਲ ਦੇਖ ਕੇ ਆਨਲਾਈਨ ਆਰਡਰ ਕਰਦੇ ਹਾਂ ਉਹਦੇ ਅਕੋਰਡਿੰਗ ਸਾਨੂੰ ਉਹੀ ਚੀਜ਼ ਸਾਡੇ ਕੋਲ ਘਰ ਮਿਲ ਜਾਂਦੀ ਹੈ ਭਾਵੇਂ ਇਹ ਚੀਜ਼ਾਂ ਸਾਡੀਆਂ ਰੋਜ਼ਾਨਾ ਵਰਤੋਂ ਦੇ ਨਾਲ ਸੰਬੰਧਿਤ ਨੇ ਪਾਵੇਂ ਕਿਸੇ ਹੋਰ ਫੀਲਡ ਦੇ ਵਿੱਚ ਵਰਤਣ ਵਾਲੀਆਂ ਨੇ ਮੀਨ ਜੇ ਕੋਈ ਵੀ ਜਿਹੜੀ ਦੁਕਾਨਦਾਰ ਹੈ ਜਾਂ ਕੋਈ ਕੰਪਨੀ ਹੈ ਅੱਜ ਕੱਲ ਜਿਹੜੇ ਆਪਣੇ ਪ੍ਰੋਡਕਟਸ ਨੇ ਉਹ ਆਨਲਾਈਨ ਪਾਉਂਦੇ ਐ ਉਹਨਾਂ ਦੀ ਪ੍ਰਾਈਸ ਵੀ ਨਾਲ ਲਿਖੀ ਹੁੰਦੀ ਐ ਫਿਰ ਇਹ ਵੀ ਦੱਸਿਆ ਹੁੰਦਾ ਕਿ ਡਿਲੀਵਰੀ ਕਿੱਥੇ-ਕਿੱਥੇ ਤੱਕ ਅਵੇਲੇਬਲ ਹੋ ਸਕਦੀ ਐ ਇਸ ਕਰਕੇ ਜਿਹੜੀ ਆਨਲਾਈਨ ਸ਼ਾਪਿੰਗ ਐ ਇਹਦੇ ਵਿੱਚ ਵੀ ਇਹ ਮਹੱਤਵਪੂਰਨ ਐ ਕਿਉਂਕਿ ਇਹ ਨਾਲ ਹਰੇਕ ਵਿਅਕਤੀ ਦਾ ਜਿਹੜਾ ਟਾਈਮ ਐ ਉਹ ਸੇਵ ਹੁੰਦਾ ਐ ਨੈਕਸਟ ਹੈਲਪਫੁਲ ਇਨ ਮੈਡੀਕਲ ਸਰਵਿਸਿਜ਼ ਸਿਹਤ ਖੇਤਰ ਵਿੱਚ ਮਹੱਤਵ ਹੁਣ ਆਈਸੀਟੀ ਦਾ ਜਿਹੜਾ ਇੰਟਰਨੈਟ ਗਿਆਨ ਇੱਕ ਇਸ ਤਰ੍ਹਾਂ ਦਾ ਭੰਡਾਰ ਹੈ ਜਿਹਦੇ ਵਿੱਚ ਲਗਭਗ ਕੋਈ ਵੀ ਬਿਮਾਰੀ ਉਸ ਬਿਮਾਰੀ ਦੇ ਕਾਰਨ ਕਿਹੜੀਆਂ ਮੈਡੀਸਿਨਸ ਨੇ ਕਿਸ ਤਰ੍ਹਾਂ ਦਾ ਉਹ ਟਰੀਟਮੈਂਟ ਹੈ ਕੀ ਉਹਦੇ افੈਕਟਸ ਨੇ ਵੱਡੀ ਗਿਣਤੀ ਬਾਰੇ ਜਿਹੜੇ ਐਕਸਪਰਟਸ ਨੇ ਇਹਨਾਂ ਬਾਰੇ ਮਾਹਿਰ ਡਾਕਟਰ ਉਹ ਵੱਖ-ਵੱਖ ਸਾਈਟਾਂ ਦੇ ਉੱਪਰ ਜਿਹੜੀ ਜਾਣਕਾਰੀ ਉਹ ਇਸ ਤਰ੍ਹਾਂ ਦੀ ਦਿੰਦੇ ਨੇ ਤੇ ਵੱਖ-ਵੱਖ ਮਾਧਿਅਮ ਨਾਲ ਦਿੰਦੇ ਨੇ ਹੁਣ ਜਿਸ ਨੂੰ ਵੀ ਕਿਸੇ ਦੀ ਡਾਕਟਰ ਜਾਂ ਕੋਈ ਸਧਾਰਨ ਵਿਅਕਤੀ ਦੁਆਰਾ ਇਹ ਹਾਸਲ ਕੀਤੀ ਗਈ ਹੁੰਦੀ ਹੈ ਇਹ ਇਨਫੋਰਮੇਸ਼ਨ ਤੇ ਇਹ ਵੱਡੀ ਗਿਣਤੀ ਦੇ ਵਿੱਚ ਜਿਵੇਂ ਟੈਸਟਿੰਗ ਯੰਤਰ ਹੁੰਦੇ ਨੇ ਜਿਵੇਂ ECG EEG ਜਾਂ ਲੈਬ ਨਾਲ ਸੰਬੰਧਿਤ ਕੋਈ ਵੀ ਇਨਸਟਰੂਮੈਂਟਸ ਹੁੰਦੇ ਨੇ ਇਕਵਿਪਮੈਂਟਸ ਹੁੰਦੇ ਨੇ ਉਹ ਕੰਪਿਊਟਰ ਦੇ ذریعے ਹੁਣ ਵਰਤੇ ਜਾਣ ਲੱਗ ਪਏ ਮੀਨਸ ਕੋਈ ਵੀ ਜਿਹੜੇ ਟੈਸਟ ਹੁੰਦੇ ਨੇ ਮੈਡੀਕਲ ਸਰਵਿਸਿਜ਼ ਦੇ ਵਿੱਚ ਉਹ ਸਾਰੇ ਟੈਸਟ ICT ਦੀ ਵਰਤੋਂ ਦੇ ਨਾਲ ਹੀ ਹੁੰਦੇ ਨੇ ਜਿਹਦੇ ਵਿੱਚ ਜਿਹੜਾ ਕੰਪਿਊਟਰ ਹੈ ਉਹਦੀ ਵਰਤੋਂ ਕੀਤੀ ਜਾਂਦੀ ਹੈ ਹੁਣ ਜਿਵੇਂ ਕਿ ਤੁਸੀਂ ਦੇਖਿਆ ਹੈਗਾ ਵੀ ਸਕੈਨ ਹੁੰਦੀ ਹੈ, ਅਲਟਰਾਸਾਉਂਡ ਹੁੰਦੀ ਹੈ ਤਾਂ ਉੱਥੇ ਦੇਖੋ ਕੰਪਿਊਟਰ ਦੀ ਵਰਤੋਂ ਹੁੰਦੀ ਹੈ। ਤੇ ਨਾਲ ਹੀ ਜੇਕਰ ਅਸੀਂ ਕੋਈ ਵੀ ਹੈਲਥ ਨਾਲ ਰਿਲੇਟਡ ਸਾਨੂੰ ਕੋਈ ਪ੍ਰੋਬਲਮ ਹੈ ਅਸੀਂ ਉਹ ਨਾਲ ਰਿਲੇਟਡ ਕੋਈ ਇਨਫੋਰਮੇਸ਼ਨ ਗੇਨ ਕਰਨੀ ਹੈ, ਦੇਖਣਾ ਹੈ ਅਸੀਂ ਕਿ ਇਹ ਸਾਨੂੰ ਪ੍ਰੋਬਲਮ ਕਿਉਂ ਹੋ ਰਹੀ ਹੈ, ਕੀ ਇਹਦੇ ਰੀਜ਼ਨ ਨੇ, ਇਹਦਾ ਕੀ ਟਰੀਟਮੈਂਟ ਹੈ ਤਾਂ ਇਹ ਸਾਰੀ ਇਨਫੋਰਮੇਸ਼ਨ ਸਾਨੂੰ ਜਿਹੜੀ ਆਨਲਾਈਨ ਹੈ ਜਦੋਂ ਅਸੀਂ ਕੋਈ ਵੀ ਵੈਬਸਾਈਟ ਤੇ ਆਪਣੀ ਪ੍ਰੋਬਲਮ ਭਰਾਂਗੇ ਉਹ ਨਾਲ ਰਿਲੇਟਡ ਸਾਨੂੰ ਜਿਹੜੀ ਸਰਵਿਸ ਉਹ ਮਿਲ ਜੇਗੀ। ਨੈਕਸਟ ਇੰਪੋਰਟੈਂਸ ਇਨ ਟੂਰਿਜ਼ਮ ਟੂਰਿਜ਼ਮ ਮੀਨਸ ਜਿਹੜੇ ਵਿਅਕਤੀ ਜਦੋਂ ਘੁੰਮਣ ਦੇ ਲਈ ਜਾਣਾ ਹੁੰਦਾ ਕਿਤੇ ਵੀ ਇਧਰ ਉਧਰ ਜਾਣਾ ਹੁੰਦਾ ਹੈ ਉਹਨਾਂ ਦੇ ਲਈ ਵੀ ਇਹ ਬੈਨੀਫਿਟ ਹੈ ਹੁਣ ਜਿਹੜੇ ਟਰੈਵਲ ਤੇ ਟੂਰਿਜ਼ਮ ਦੇ ਫੀਲਡ ਦੇ ਵਿੱਚ ਆਈਸੀਟੀ ਤੇ ਕੰਪਿਊਟਰ ਟੈਕਨੀਕਸ ਦੀ ਵਰਤੋਂ ਹੋ ਰਹੀ ਹੈ ਇਹਨੂੰ ਈ ਟੂਰਿਜ਼ਮ ਕਿਹਾ ਜਾਂਦਾ ਹੈ ਈ ਟੂਰਿਜ਼ਮ ਮੀਨਸ ਇਲੈਕਟ੍ਰੋਨਿਕ ਟੂਰਿਜ਼ਮ ਹੁਣ ਇਹ ਜੋ ਟਰੈਵਲ ਤੇ ਟੂਰਿਜ਼ਮ ਦਾ ਫੀਲਡ ਹੈ ਇਹਦੇ ਵਿੱਚ ਇਲੈਕਟ੍ਰੋਨਿਕ ਟੈਕਨੋਲੋਜੀ ਦੇ ਪ੍ਰਸਾਰ ਦੇ ਨਾਲ ਜਿਹੜਾ ਕੰਮ ਹੋ ਰਿਹਾ ਉਹ ਈ ਟੂਰਿਜ਼ਮ ਹੈ ਹੁਣ ਇਹਦੇ ਵਿੱਚ ਟਰੈਵਲ ਕਰਨਾ ਹੈ ਟੂਰਿਜ਼ਮ ਹੈ ਹੌਸਪਿਟੈਲਿਟੀ ਹੈ ਇਸ ਤਰ੍ਹਾਂ ਦੇ ਖੇਤਰਾਂ ਦੇ ਵਿੱਚ ਜਿੰਨੇ ਵੀ ਕੰਮ ਇਲੈਕਟ੍ਰੋਨਿਕ ਤਰੀਕੇ ਨਾਲ ਹੋ ਰਹੇ ਨੇ ਤਾਂ ਜੋ ਇਸ ਖੇਤਰ ਦੀ ਵਿਚਲਿਆਂ ਇਸ ਫੀਲਡ ਨਾਲ ਰਿਲੇਟਡ ਸਾਰੀਆਂ ਹੀ ਸੰਸਥਾਵਾਂ ਤੇ ਜਿਹੜੇ ਖਪਤਕਾਰ ਨੇ ਮੀਨਜ਼ ਜਿਹੜੇ ਉਪਭੋਗਤਾ ਨੇ ਉਹਨਾਂ ਦੋਵਾਂ ਨੂੰ ਲਾਭ ਹੋ ਸਕੇ ਹੁਣ ਈ ਟੂਰਿਜ਼ਮ ਦੇ ਨਾਲ ਕੀ ਹੁੰਦਾ ਹੈ ਜਿਵੇਂ ਕਿ ਤੁਸੀਂ ਕਿਤੇ ਜਾਣਾ ਹੈ ਤੁਸੀਂ ਸਪੋਜ਼ ਕਰੋ ਟ੍ਰੇਨ ਦੀ ਟਿਕਟ ਬੁੱਕ ਕਰਾਉਣੀ ਹੈ ਕਿਹੜੀ ਟ੍ਰੇਨ ਕਦੋਂ ਆਏਗੀ ਜਾਂ ਕਿੰਨੀ ਲੇਟ ਹੈ ਅੱਜ ਮਿਸ ਤਾਂ ਨਹੀਂ ਹੈ ਉਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲੇਗੀ ਐਸੇ ਤਰੀਕੇ ਨਾਲ ਹੀ ਇਕੱਲੀ ਜਿਹੀ ਟ੍ਰੇਨ ਦੀ ਗੱਲ ਨਹੀਂ ਤੁਸੀਂ ਬਾਹਰ ਜਾਣਾ ਹੈ ਠੀਕ ਹੈ ਜੀ ਆਪਣੇ ਕੋਈ ਬਾਇਰ 에ਅਰ ਜਾਣਾ ਹੈ ਉਹ ਨਾਲ ਰਿਲੇਟਡ ਵੀ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਮਿਲੇਗੀ ਹੁਣ ਇਹ ਨਾਲ ਜਿਹੜੀ ਟਿਕਟ ਦੀ ਇਹ ਦੇਖੋ ਐਡਵਾਂਸ ਬੁਕਿੰਗ ਹੋ ਜਾਂਦੀ ਹੈ ਉਹਦੇ ਕਰਕੇ ਜਿਹੜਾ ਗਾਹਕ ਹੈ ਜਾਂ ਜਿਹੜਾ ਵਿਅਕਤੀ ਹੈ ਪੈਸੇਂਜਰ ਹੈ ਉਹਨੂੰ ਕਿਸੇ ਤਰ੍ਹਾਂ ਦੀ ਨਿਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੁਣ ਇਹਨਾਂ ਜਿਹੜਾ ਹਰੇਕ ਵਿਅਕਤੀ ਆ ਉਹ ਕੋਈ ਨੇ ਟ੍ਰੇਨ ਬੱਸ ਜਹਾਜ਼ ਕਿਹੜੇ ਟਰਾਂਸਪੋਰਟ ਆਫ ਮੀਨਸ ਉਹਨੂੰ ਯੂਜ਼ ਕਰਨਾ ਹੈ ਉਹਦੇ ਅਕੋਰਡਿੰਗ ਉਹ ਸਿਲੈਕਸ਼ਨ ਖੁਦ ਕਰ ਸਕਦਾ ਹੈ ਤੇ ਜਿਹੜੀ ਗਾਹਕ ਦੁਆਰਾ ਜੋ ਟਿਕਟ ਹੈ ਬੁੱਕ ਕੀਤੀ ਗਈ ਹੁੰਦੀ ਹੈ ਉਹਦਾ ਰਿਕਾਰਡ ਵੀ ਆਨਲਾਈਨ ਹੀ ਰਹਿੰਦਾ ਹੈ ਤੇ ਉਹਨੂੰ ਕਿਸੇ ਵੀ ਸਮੇਂ ਚੈੱਕ ਕਰ ਸਕਦਾ ਹੈ ਨੈਕਸਟ ਹੈ ਇੰਪੋਰਟੈਂਸ ਇਨ ਪੋਲਿਟਿਕਸ ਰਾਜਨੀਤੀ ਦੇ ਖੇਤਰ ਦੇ ਵਿੱਚ ਮਹੱਤਵ ਹੁਣ ਜੇਕਰ ਅਸੀਂ ਇੰਡੀਆ ਦੇ ਵਿੱਚ ਗੱਲ ਕਰੀਏ ਤਾਂ ਜਿਹੜੀ ਇੱਥੇ ਡੈਮੋਕ੍ਰੇਸੀ ਹੈ ਜਦੋਂ ਡੈਮੋਕ੍ਰੈਟਿਕ ਗਵਰਨਮੈਂਟ ਲਈ VOTING ਪ੍ਰੋਸੈਸ ਹੁੰਦਾ ਹੈ ਤਾਂ ਉਹਦੇ ਲਈ ਵੀ E VOTING ਦੀ ਸਹੂਲਤ ਜਿਹੜੀ ਦਿੱਤੀ ਗਈ ਹੈ ਉਹ ਵੀ ICT ਦੀ ਦੀਨ ਹੈ ਜਿਹਦੇ ਅਨੁਸਾਰ ਜਿਹੜੀ E VOTING ਹੈ ਇਹਦੇ ਨਾਲ ਪੂਰਾ ਨਾ ਇਲੈਕਟ੍ਰੋਨਿਕ VOTING ਹੁਣ ਇਹ VOTING ਦੀ ਇਸ ਤਰ੍ਹਾਂ ਦਾ ਸਿਸਟਮ ਹੈ ਇਹਦੇ ਵਿੱਚ ਵੋਟਾਂ ਪਾਉਣ ਦਾ ਜਿਹੜਾ ਕੰਮ ਹੈ ਤੇ ਗਿਣਤੀ ਦਾ ਕੰਮ ਹੈ ਉਹ ਸਾਰਾ ਹੀ ਇਲੈਕਟ੍ਰੋਨਿਕ ਵੇ ਦੇ ਨਾਲ ਕੀਤਾ ਜਾਂਦਾ ਹੈ ਇਸ ਟੈਕਨੋਲੋਜੀ ਦੀ ਜਿਹੜੀ ਪਹਿਲੀ ਵਾਰ ਵਰਤੋਂ ਉਹ 1960 ਦੇ ਵਿੱਚ ਪੰਚਿੰਗ ਕਾਰਡ ਮਸ਼ੀਨਾਂ ਦੇ ਰੂਪ ਦੇ ਵਿੱਚ ਹੋਈ ਸੀ ਤੇ ਫਿਰ ਇਹਦੇ ਵਿੱਚ ਪੋਲਿਟਿਕਸ ਦੇ ਵਿੱਚ ਹੋਰ ਵੀ ਤਰੀਕੇ ਨਾਲ ਜਿਹੜੀ ਆਈਸੀਟੀ ਉਹਨੂੰ ਯੂਜ਼ ਕੀਤਾ ਜਾਂਦਾ ਹੈ ਜਿਵੇਂ ਕਿ ਸਿੰਪਲ ਈ-ਵੋਟਿੰਗ ਹੁਣ ਇਸ ਪ੍ਰਕਾਰ ਦੀ ਜਿਹੜੀ ਵੋਟਿੰਗ ਆ ਉਹਦੇ ਤਰੀਕੇ ਦੇ ਵਿੱਚ ਵੱਖ-ਵੱਖ ਪੋਲਿੰਗ ਸਟੇਸ਼ਨਾਂ 'ਤੇ ਜਿਹੜੀਆਂ ਪੋਲਿੰਗ ਮਸ਼ੀਨਾਂ ਨੇ ਉਹ ਲਗਾਈਆਂ ਜਾਂਦੀਆਂ ਨੇ ਤੇ ਇਹ ਜਿਹੜੇ ਈ-ਵੋਟਿੰਗ ਮਸ਼ੀਨਾਂ ਨੇ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਉਹਨਾਂ ਨੂੰ ਮੈਨੇਜ ਕਰਨ ਦੇ ਲਈ ਤੇ ਨਿਗਰਾਨੀ ਦੇ ਲਈ ਆਮ ਤੌਰ ਤੇ ਜਿਹੜੇ ਸਰਕਾਰ ਦੁਆਰਾ ਜਾਂ ਜਿਹੜੇ ਚੋਣ ਕਮਿਸ਼ਨ ਅਥਾਰਟੀਆਂ ਦੁਆਰਾ ਵਿਅਕਤੀ ਚੁਣੇ ਜਾਂਦੇ ਨੇ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਲਗਾਈ ਜਾਂਦੀ ਹੈ। ਫਿਰ ਰਿਮੋਟ ਈ-ਵੋਟਿੰਗ ਹੁਣ ਜਿਹੜੀ ਵੋਟ ਹੈ ਜਿਵੇਂ ਕਿ ਜਿਹੜੇ ਗਵਰਨਮੈਂਟ EMPLOYEES ਹੁੰਦੇ ਨੇ ਜਿਨ੍ਹਾਂ ਦੀ ਡਿਊਟੀ ਲੱਗ ਜਾਂਦੀ ਹੈ ਤਾਂ ਉਹ ਆਪਣੀ ਜਿਹੜੀ ਵੋਟ ਹੈ ਉਹ ਆਨਲਾਈਨ ਵੀ ਪੇ ਕਰਦੇ ਨੇ। ਆਨਲਾਈਨ ਆਪਣੀ ਜਿਹੜੀ ਵੋਟ ਹੈ ਉਹ ਪਾ ਦਿੰਦੇ ਨੇ। ਨੈਕਸਟ ਹੈ ਇੰਪੋਰਟੈਂਸ ਇਨ ਬੈਂਕਿੰਗ ਬੈਂਕ ਦੇ ਖੇਤਰ ਵਿੱਚ ਮਹੱਤਤਾ ਹੁਣ ਆਈਸੀਟੀ ਨੇ ਜਿਹੜਾ ਬੈਂਕ ਦਾ ਖੇਤਰਾ ਉਹਨੂੰ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਜਿਹਦੇ ਅਧੀਨ ਸਾਰੇ ਹੀ ਜਿਹੜੇ ਬੈਂਕ ਨੇ ਜਿਵੇਂ ਕਿ ਉਹਦੇ ਵਿੱਚ ਜਿੰਨੇ ਵੀ ਕੰਮ ਹੁੰਦੇ ਆ ਸਭ ਤੋਂ ਪਹਿਲੀ ਗੱਲ ਕੋਈ ਖਾਤਾ ਖੁਲਵਾਉਣਾ ਹੈ ਐਫਡੀ ਜਾਂ ਆਰਡੀ ਕਰਨੀ ਹੈ ਕੋਈ ਲੋਨ ਕਰਨੇ ਹੈ ਗਾਹਕ ਦੇ ਜਿੰਨੇ ਵੀ ਖਾਤੇ ਨੇ ਉਹਨਾਂ ਦਾ ਜਿਹੜਾ ਸਾਰਾ ਰਿਕਾਰਡ ਹੈ ਉਹ ਵੀ ਆਨਲਾਈਨ ਤਰੀਕੇ ਨਾਲ ਕੰਪਿਊਟਰ ਦੇ ਵਿੱਚ ਰੱਖਿਆ ਜਾਣ ਲੱਗਾ ਹੈ ਜਿਹਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਕੰਮਾਂ ਦੇ ਲਈ ਸਮਾਂ ਲੱਗਦਾ ਸੀ ਤੇ ਉਹ ਹੁਣ ਸਮਾਂ ਘੱਟ ਲੱਗਦਾ ਹੈ ਤੇ ਜਿਹੜਾ ਰਿਕਾਰਡ ਆਨਲਾਈਨ ਤਿਆਰ ਕੀਤਾ ਜਾਂਦਾ ਉਹ ਪਰਮਾਨੈਂਟ ਰਹਿੰਦਾ ਹੈ ਤੇ ਨਾਲ ਦੀ ਨਾਲ ਹੀ ਜਿਹੜੇ ਲੋਕਾਂ ਦੇ ਬੈਂਕ ਦੇ ਵਿੱਚ ਖਾਤਾ ਹੁੰਦਾ ਹੈ ਉਹਨਾਂ ਨੂੰ ਘਰ ਬੈਠੇ ਹੀ ਖਾਤੇ ਨਾਲ ਸੰਬੰਧਿਤ ਜਿਹੜੀਆਂ ਸਰਵਿਸਿਜ਼ ਨੇ ਉਹ ਵੀ ਈ ਬੈਂਕਿੰਗ ਦੀ ਸੇਵਾ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਇੰਟਰਨੈਟ ਇੰਟਰਨੈਟ ਬੈਂਕਿੰਗ ਦੀ ਜਿਹੜੀ ਆਨਲਾਈਨ ਬੈਂਕਿੰਗ ਹੈ ਜਾਂ ਉਹ ਈ ਬੈਂਕਿੰਗ ਵੀ ਕਿਹਾ ਜਾਂਦਾ ਹੈ ਹੁਣ ਇਸ ਪ੍ਰਕਾਰ ਦੀ ਜਿਹੜੀ ਫੈਸਿਲਿਟੀ ਆ ਉਹ ਬੈਂਕ ਹਰ ਇੱਕ ਪਰਸਨ ਨੂੰ ਘਰ ਬੈਠੇ ਹੀ ਇੰਟਰਨੈਟ ਰਾਹੀਂ ਜਿਹੜੀ ਬੈਂਕ ਦੀ ਸੁਰੱਖਿਅਤ ਵੈਬਸਾਈਟ ਉੱਪਰ ਆਪਣਾ ਜਿਹੜਾ ਕੋਈ ਵੀ ਖਾਤਾ ਹੈ ਉਹਦੀ ਵਰਤੋਂ ਨੂੰ ਯੋਗ ਬਣਾਉਂਦਾ ਹੈ ਤੇ ਗਾਹਕਾਂ ਦੇ ਜਿਹੜੇ ਨੰਬਰ ਨੇ ਇਸ ਵੈਬਸਾਈਟ ਦੇ ਉੱਪਰ ਖਾਤਾ ਨੰਬਰ ਆਨਲਾਈਨ ਕਰ ਦਿੰਦੀ ਹੈ ਤੇ ਇਹ ਜਿਹੜਾ ਸੁਵਿਧਾ ਦਾ ਲਾਭ ਹੈ ਜਿਹੜਾ ਕੋਈ ਵੀ ਉਠਾਉਣਾ ਚਾਹੁੰਦਾ ਉਹ ਇੱਕ ਫਾਰਮ ਭਰਦਾ ਹੈ ਤੇ ਫਾਰਮ ਭਰ ਕੇ ਬੈਂਕ ਨੂੰ ਦਿੰਦਾ ਹੈ ਤੇ ਉਹਦੇ ਅਕੋਰਡਿੰਗ ਖਾਤੇ ਦੇ ਵਿੱਚ ਕੰਮ ਕਰਨ ਦੇ ਲਈ ਇੱਕ ਯੂਜ਼ਰ ਨੇਮ ਤੇ ਪਾਸਵਰਡ ਦਿੱਤਾ ਜਾਂਦਾ ਹੈ ਤੇ ਇਹਦੇ ਨਾਲ ਜਿਹੜੀ ਇੰਟਰਨੈਟ 뱅ਕਿੰਗ اهو ਸ਼ੁਰੂ ਹੋ ਜਾਂਦੀ ਹੈ ਆਪਣਾ ਯੂਜ਼ਰ ਆਈਡੀ ਤੇ ਪਾਸਵਰਡ ਯੂਜ਼ ਕਰਕੇ ਹੁਣ ਇਸ ਬੈਂਕਿੰਗ ਦੇ ਰਾਹੀਂ ਆਪਣੇ ਖਾਤੇ ਦੇ ਵਿੱਚ ਜਿਹੜੀਆਂ ਸਬੰਧਿਤ ਕਿਰਿਆਵਾਂ ਨੇ ਜਿਵੇਂ ਕਿ ਖਾਤੇ ਦਾ ਬਕਾਇਆ ਚੈੱਕ ਕਰਨਾ ਬਕਾਇਆ ਕਿਸੇ ਨੂੰ ਅਸੀਂ ਟ੍ਰਾਂਸਫਰ ਕਰਨਾ ਹੈ ਚੈੱਕ ਬੁੱਕ ਮੰਗਵਾਉਣੀ ਹੈ ਕਿਸ਼ਤਾਂ ਭਰਨੀਆਂ ਨੇ ਬਿੱਲ ਭਰਨੇ ਨੇ ਤਾਂ ਇਹ ਜਿਹੜੇ ਸਾਰੇ ਕੰਮ ਨੇ ਉਹ ਆਨਲਾਈਨ ਹੀ ਹੋ ਜਾਂਦੇ ਨੇ ਨੈਕਸਟ ਹੈ ਇੰਪੋਰਟੈਂਸ ਇਨ ਮਾਰਕੀਟਿੰਗ ਮਾਰਕੀਟਿੰਗ ਵਿੱਚ ਮਹੱਤਵ ਮਾਰਕੀਟਿੰਗ ਦਾ ਭਾਵ ਹੈ ਇਲੈਕਟ੍ਰੋਨਿਕ ਮਾਰਕੀਟਿੰਗ ਮੀਨਸ ਆਨਲਾਈਨ ਆਮ ਸ਼ਬਦਾਂ ਦੇ ਵਿੱਚ ਕੋਈ ਵੀ ਜਿਹੜੀ ਕੰਪਨੀ ਹੈ ਜਦੋਂ ਉਹ ਕੋਈ ਵੀ ਜਿਹੜੇ ਨਵੇਂ ਆਪਣੇ ਪ੍ਰੋਡਕਟ ਨੇ ਉਹ ਤਿਆਰ ਕਰਦੀ ਹੈ ਜਾਂ ਕੋਈ ਸਰਵਿਸਿਜ਼ ਦੀ ਖਰੀਦ-ਵੇਚ ਕਰਦੀ ਹੈ ਤਾਂ ਉਹਦੇ ਲਈ ਉਹ ਮਾਰਕੀਟਿੰਗ ਦੇ ਵਿੱਚ ਇੰਟਰਨੈਟ ਤੇ ਜਿਹੜਾ ਆਨਲਾਈਨ ਮੀਡੀਆ ਹੈ ਉਹਦੀ ਵਰਤੋਂ ਕਰਦੀ ਹੈ ਤੇ ਇਸ ਆਨਲਾਈਨ ਵਰਤੋਂ ਨੂੰ ਕੀ ਕਿਹਾ ਜਾਂਦਾ ਹੈ ਇਲੈਕਟ੍ਰੋਨਿਕ ਮਾਰਕੀਟਿੰਗ ਮਾਰਕੀਟਿੰਗ ਦੇ ਜਿਹੜੇ ਵੱਖ-ਵੱਖ ਮੈਥਡਸ ਨੇ ਪ੍ਰਿੰਸੀਪਲਸ ਨੇ ਤੇ ਟੈਕਨੀਕਸ ਨੇ ਉਹਨਾਂ ਨੂੰ ਇੰਟਰਨੈਟ ਰਾਹੀਂ ਮਾਰਕੀਟ ਵਿੱਚ ਲਾਗੂ ਕਰਨ ਨੂੰ ਈ ਮਾਰਕੀਟਿੰਗ ਕਿਹਾ ਜਾਂਦਾ ਹੈ। ਈਮੇਲ ਦੀ ਸਰਵਿਸ ਵੀ ਈ ਮਾਰਕੀਟਿੰਗ ਦਾ ਹੀ ਹਿੱਸਾ ਹੈ। ਇਸ ਪ੍ਰਕਾਰ ਦੀ ਜਿਹੜੀ ਮਾਰਕੀਟਿੰਗ ਹੈ ਉਹਦੇ ਤਰੀਕੇ ਦੇ ਵਜੋਂ ਅੱਜ ਕੱਲ ਇਹ ਬਹੁਤ ਜ਼ਿਆਦਾ ਵੱਧ ਗਈ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਪੈਸਾ ਤੇ ਸਮਾਂ ਉਹ ਬਹੁਤ ਘੱਟ ਖਰਚ ਹੁੰਦਾ ਹੈ ਤੇ ਬਾਜ਼ਾਰਾਂ ਦੇ ਵਿੱਚ ਜਿਹੜਾ ਵਰਲਡ ਲੈਵਲ ਤੇ ਜੋ ਇਸ਼ਤਿਹਾਰਬਾਜ਼ੀ ਹੈ ਮੀਨਜ਼ ਐਡਵਰਟਾਈਜ਼ਮੈਂਟ ਹੈ ਉਹ ਵੀ ਕੀਤੀ ਜਾ ਸਕਦੀ ਹੈ। ਅੰਨੀ ਨੈਕਸਟ ਹੈ ਹੈਲਪਫੁਲ ਇਨ ਰਿਸਰਚ ਖੋਜ ਵਿੱਚ ਮਹੱਤਵ ਇੰਟਰਨੈਟ ਖੋਜ ਦਾ ਇੱਕ ਬਹੁਤ ਵੱਡਾ ਸੋਰਸ ਹੈ ਕੇਂਦਰ ਹੈ ਇੰਟਰਨੈਟ ਦੇ ਉੱਪਰ ਹਰ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ ਜਿਵੇਂ ਕਿ ਅਸੀਂ ਆਪਣੇ ਇਤਿਹਾਸ ਬਾਰੇ ਸਾਇੰਸ ਬਾਰੇ ਕੋਈ ਤੁਸੀਂ ਮੈਥਸ ਪੋਲਿਟਿਕਸ ਰਾਜਨੀਤੀ ਇਹ ਸਿੱਖਿਆ ਕਿਸੇ ਵੀ ਤਰ੍ਹਾਂ ਦੀ ਭਾਵੇਂ ਆਪਣੇ ਹੈਲਥ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਇਕੱਤਰ ਕਰਨਾ ਚਾਹੁੰਦੇ ਹੋ ਤਾਂ ਉੱਥੇ ਤੁਹਾਨੂੰ ਇਹ ਇਨਫੋਰਮੇਸ਼ਨ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਮਿਲੇਗੀ ਬਿਨਾਂ ਇੰਟਰਨੈਟ ਤੋਂ ਵੀ ਇਹ ਜਾਣਕਾਰੀ ਉਪਲਬਧ ਸੀ ਕਿਉਂਕਿ ਉਸ ਟਾਈਮ ਇਹ ਜਾਣਕਾਰੀ ਕਿਤਾਬਾਂ ਦੇ ਰੂਪ ਦੇ ਵਿੱਚ ਹੁੰਦੀ ਸੀ ਤੇ ਕਿਤਾਬਾਂ ਸਹੀ ਤਰੀਕੇ ਨਾਲ ਉਪਲਬਧ ਨਹੀਂ ਹੁੰਦੀਆਂ ਸੀ ਹੁਣ ਜੇਕਰ ਅਸੀਂ ਆਨਲਾਈਨ ਕੋਈ ਦੇਖੋ ਬੁੱਕ ਵੀ ਪੜ੍ਹਨੀ ਹੈ ਕੋਈ ਰਿਸਰਚ ਕਰਨੀ ਹੈ ਅਸੀਂ ਸਾਨੂੰ ਕੋਈ ਬੁੱਕ ਚਾਹੀਦੀ ਤਾਂ ਸਾਨੂੰ ਆਨਲਾਈਨ ਬੁੱਕ ਵੀ ਮਿਲ ਜਾਏਗੀ ਪੜ੍ਹਨ ਦੇ ਲਈ ਤੇ ਅਸੀਂ ਹੋਰ ਹਰ ਤਰ੍ਹਾਂ ਜਿਹੜੀ ਇਨਫੋਰਮੇਸ਼ਨ ਆ ਉਹ ਆਨਲਾਈਨ ਲੈ ਸਕਦੇ ਹਾਂ ਹੁਣ ਅਸੀਂ ਨੇ ਇੰਟਰਨੈਟ ਦੀ ਮਦਦ ਦੇ ਨਾਲ ਕੀ ਕਰਨਾ ਹੈ ਜਿਹੜਾ ਕੋਈ ਵੀ ਵਰਡ ਅਸੀਂ ਭਰਾਂਗੇ ਜਿਹਦੇ ਬਾਰੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਦੀ ਜ਼ਰੂਰਤ ਹੈ ਅਸੀਂ ਉਹ ਆਪਣੀ ਲਾਈਨ ਉੱਤੇ ਭਰਾਂਗੇ ਤੇ ਸਾਨੂੰ ਜਿਹੜੀ ਸਾਰੀ ਇਨਫੋਰਮੇਸ਼ਨ ਹੈ ਉਸ ਵਿਸ਼ੇ ਨਾਲ ਸੰਬੰਧਿਤ ਸਾਡੇ ਕੋਲ ਸਾਹਮਣੇ ਆ ਜਾਏਗੀ ਤੇ ਅਸੀਂ ਸਿਰਫ ਇੱਕ ਕਲਿੱਕ ਕਰਨ ਨਾਲ ਜਿਹੜੀ ਬਹੁਤ ਤਰ੍ਹਾਂ ਦੀ ਇਨਫੋਰਮੇਸ਼ਨ ਆ ਹੋ ਗੇਨ ਕਰ ਸਕਦੇ ਹਾਂ ਨੈਕਸਟ ਹੈ ਹੈਲਪਫੁਲ ਇਨ ਆਨਲਾਈਨ ਐਜੂਕੇਸ਼ਨ ਹੁਣ ਜਿਹੜੀ ਆਨਲਾਈਨ ਐਜੂਕੇਸ਼ਨ ਹੈ ਉਹਦੇ ਵਿੱਚ ਵੀ ਜਿਹੜੀ ਆਈਸੀਟੀ ਹੈ ਉਹਦਾ ਮਹੱਤਵ ਹੈ ਇਹਦਾ ਮਤਲਬ ਕੀ ਹੈ ਵੀ ਇੰਟਰਨੈਟ ਦੇ ਉੱਪਰ ਪੜਨਾ ਮੀਨਸ ਕੰਪਿਊਟਰ ਸਿੱਖਿਆ ਪ੍ਰਾਪਤ ਕਰਨਾ ਇੰਟਰਨੈਟ ਦਾ ਜਿਹੜਾ ਸਕੋਪ ਹੈ ਬਹੁਤ ਜ਼ਿਆਦਾ ਵਧ ਰਿਹਾ ਹੈ ਤੇ ਇਹਦੇ ਲਈ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰ ਜਿਹੜਾ ਵਿਦਿਆਰਥੀ ਹੈ ਉਹ ਇੰਟਰਨੈਟ ਨਾਲ ਜੁੜੇ ਤੇ ਜਿਹੜਾ ਗਿਆਨ ਦਾ ਭੰਡਾਰ ਹੈ ਉਹਦੇ ਵਿੱਚੋਂ ਵੱਧ ਤੋਂ ਵੱਧ ਜਿਹੜੀ ਨੌਲੇਜ ਉਹ ਗੇਨ ਕਰੇ ਅੱਜ ਕੱਲ ਕੰਪਿਊਟਰ ਦੇ ਹਰ ਖੇਤਰ ਦੇ ਵਿੱਚ ਵਧ ਰਹੀ ਵਰਤੋਂ ਦੇ ਕਾਰਨ ਜਿਹੜੇ ਵੱਧ ਤੋਂ ਵੱਧ ਵਿਦਿਆਰਥੀ ਨੇ ਉਹਨਾਂ ਨੂੰ ਵੀ ਕੰਪਿਊਟਰ ਐਜੂਕੇਸ਼ਨ ਵੱਲ ਮੋਟੀਵੇਟ ਕੀਤਾ ਜਾ ਰਿਹਾ ਹੈ ਤੇ ਸਰਕਾਰ ਦੁਆਰਾ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਜੈਕਟ ਨੇ ਚਲਾਏ ਜਾ ਰਹੇ ਨੇ ਜਿਹਦੇ ਅਧੀਨ ਮੁਫਤ ਦੇ ਵਿੱਚ ਬੱਚਿਆਂ ਨੂੰ ਕੰਪਿਊਟਰ ਸਿੱਖਿਆ ਦਿੱਤੀ ਜਾ ਰਹੀ ਹੈ ਹੁਣ ਦੇਸ਼ ਤੇ ਜਿਹੜੇ ਲੋਕਾਂ ਦਾ ਕੰਪਿਊਟਰ ਖੇਤਰ ਦੇ ਵਿੱਚ ਪੜੇ ਹੋਣਾ ਈ ਲਿਟਰੇਸੀ ਕਹਾਉਂਦਾ ਏ ਈ ਲਿਟਰੇਸੀ ਮੀਨਸ ਈ ਸਾਖਰਤਾ ਇਲੈਕਟ੍ਰੋਨਿਕ ਲਿਟਰੇਟ ਹੋ ਗਿਆ ਉਹ ਪਰਸਨ ਇਹ ਕਿਹਾ ਜਾਂਦਾ ਏ ਸਰਕਾਰ ਦੁਆਰਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਨਲਾਈਨ ਕੋਰਸ ਨੇ ਉਹਨਾਂ ਲਈ ਵੀ ਸਹਾਇਤਾ ਦਿੱਤੀ ਜਾ ਰਹੀ ਹੈ ਤੇ ਜਿਹੜੇ ਵਿਦਿਆਰਥੀ ਨੇ ਉਹ ਘਰ ਬੈਠੇ ਹੀ ਜਿਹੜੀ ਆਨਲਾਈਨ ਐਜੂਕੇਸ਼ਨ ਹੈ ਉਹ ਪ੍ਰਾਪਤ ਕਰ ਰਹੇ ਨੇ ਮੀਨਸ ਹਰ ਤਰ੍ਹਾਂ ਦੀ এডਿਕੇਸ਼ਨ ਜਿਵੇਂ ਕਿ ਹੁਣ ਅਸੀਂ ਦੇਖਿਆ ਸੀ ਡਿਊਰਿੰਗ ਲਾਕਡਾਊਨ ਤਾਂ ਬੱਚੇ ਕੀ ਸੀ ਆਨਲਾਈਨ ਹੀ ਸਟੱਡੀ ਕੀਤੇ ਉਹਨਾਂ ਨੇ ਹੁਣ ਆਨਲਾਈਨ ਵੱਖ-ਵੱਖ ਤਰ੍ਹਾਂ ਦੇ ਐਪਸ ਦੇ ਦੁਆਰਾ ਸਕੂਲਾਂ ਨੂੰ ਮਤਲਬ ਉਹਨਾਂ ਨੇ ਯੂਜ਼ ਕੀਤਾ ਤੇ ਉਹਨਾਂ ਐਪਸ ਦੀ ਵਰਤੋਂ ਦੇ ਨਾਲ ਬੱਚੇ ਪੜ੍ਹੇ ਬਟ ਨਾਲ ਵਿੱਚ ਕੀ ਜੁੜਿਆ ਹੋਇਆ ਇੰਟਰਨੈਟ ਇੰਟਰਨੈਟ ਦੇ ਨਾਲ ਨਾਲ ਮੋਬਾਈਲ ਫੋਨ ਕੰਪਿਊਟਰਸ ਲੈਪਟਾਪਸ ਮੀਨਸ ਕਿ ਹਾਰਡਵੇਅਰ ਤੇ ਸੌਫਟਵੇਅਰ ਦੋਨਾਂ ਦੀ ਵਰਤੋਂ ਦੇ ਨਾਲ ਜਿਹੜੀ ਆਨਲਾਈਨ ਐਜੂਕੇਸ਼ਨ ਹੈ ਉਹ ਡਿਊਰਿੰਗ ਲਾਕਡਾਊਨ ਕਰੋਨਾ ਪੀਰੀਅਡ ਪੋਸੀਬਲ ਰਹੀ ਨੈਕਸਟ ਸਟੇਟ ਮੇਕਸ ਲਰਨਿੰਗ ਮੋਰ ਇੰਟਰਸਟਿੰਗ ਇਹਦੇ ਨਾਲ ਜਿਹੜੀ ਇੰਟਰਸਟਿੰਗ ਹੋ ਜਾਂਦੀ ਹੈ ਲਰਨਿੰਗ ਮੀਨਸ ਸਿੱਖਣਾ ਵਧੇਰੇ ਮਨੋਰੰਜਨਦਾਇਕ ਹੋ ਜਾਂਦਾ ਹੈ ਕਿਉਂਕਿ ਜਦੋਂ ਅਸੀਂ ਇਨਫੋਰਮੇਸ਼ਨ ਜੋ ਫਾਈਂਡ ਆਊਟ ਕਰਨਾ ਚਾਹੁੰਦੇ ਹਾਂ ਅਸੀਂ ਉਹਨੂੰ ਭਰਦੇ ਹਾਂ ਤਾਂ ਉਹਨਾਂ ਰਿਟਸ ਸਾਨੂੰ ਬਹੁਤ ਹੀ ਜ਼ਿਆਦਾ ਇਨਫੋਰਮੇਸ਼ਨ ਮੀਨਸ ਇੱਕੋ ਥਾਂ ਤੋਂ ਬਹੁਤ ਇਕੱਠੀ ਮਾਤਰਾ ਦੇ ਵਿੱਚ ਮਿਲ ਜਾਂਦੀ ਹੈ ਹੁਣ ਜਦੋਂ ਸਾਨੂੰ ਜਿੰਨੀ ਇਨਫੋਰਮੇਸ਼ਨ ਚਾਹੀਦੀ ਹੈ ਸਾਨੂੰ ਉਸ ਤੋਂ ਵੱਧ ਕੇ ਚੀਜ਼ ਮਿਲ ਰਹੀ ਹੈ ਤਾਂ ਉਹਦੇ 'ਚ ਬੱਚੇ ਨੂੰ ਜਿਹੜੇ ਇੰਟਰਸਟ ਦੇ ਨਾਲ ਪੜਨਾ ਸ਼ੁਰੂ ਕਰਨਗੇ ਇੰਟਰਸਟ ਦੇ ਨਾਲ ਸਿੱਖਣਾ ਸ਼ੁਰੂ ਕਰ ਦੇਣਗੇ ਇਹ ਵੀ ਇੱਕ ਮਹੱਤਵ ਹੈ ਕਿ ਇਹ ਇੰਟਰਸਟ ਨੂੰ ਕ੍ਰੀਏਟ ਕਰਦੀ ਹੈ ਨੈਕਸਟ ਹੈ ਐਂਟਰਟੇਨਮੈਂਟ ਹੁਣ ਇਹ ਮਨੋਰੰਜਨ ਦਾ ਸਾਧਨ ਵੀ ਹੈ ਕਿਉਂਕਿ ਆਈਸੀਕੀ ਇੰਟਰਨੈਟ ਦੇ ਜ਼ਰੀਏ ਹਰੇਕ ਕਿਸਮ ਦੇ ਜਿਹੜੇ ਕਲਾਕਾਰ ਨੇ ਐਕਟਰਸ ਨੇ ਭਾਵੇਂ ਕੋਈ ਹਾਸਰਸ ਵਾਲੇ ਇੱਕ ਐਕਟਰ ਨੇ ਭਾਵੇਂ ਕਿਸੇ ਹੋਰ ਫੀਲਡ ਦੇ ਵਿੱਚ ਆਪਣੀ ਜਿਹੜੀ ਕਲਾ ਹੈ ਉਹ ਦਿਖਾ ਰਹੇ ਨੇ ਉਹਨਾਂ ਨੂੰ ਵੀ ਜਿਹੜੇ ਨਵੇਂ-ਨਵੇਂ ਮੌਕੇ ਨੇ ਉਹ ਪ੍ਰਦਾਨ ਕਰ ਰਿਹਾ ਹੈ ਕੋਈ ਵੀ ਜਿਹੜਾ ਕਲਾਕਾਰ ਐਕਟਰ ਹੈ ਆਪਣੀ ਜੋ ਉਹਦੇ ਵਿੱਚ ਕਲਾ ਹੈ ਉਹਦਾ ਆਰਟ ਹੈ ਉਹਦਾ ਪ੍ਰਦਰਸ਼ਨ ਕੋਈ ਵੀਡੀਓ ਰਹੀ ਤਸਵੀਰਾਂ ਰਹੀ ਕੋਈ ਬਲੌਗਸ ਨੇ ਮੀਨਸ ਇੰਟਰਨੈਟ ਦੀ ਵਰਤੋਂ ਦੇ ਨਾਲ ਸਾਂਝਾ ਕਰ ਰਿਹਾ ਹੈ ਤੇ ਇਹਦੇ ਨਾਲ ਇਹ ਵੀ ਪਤਾ ਲੱਗਦਾ ਹੈ ਉਸ ਐਕਟਰ ਨੂੰ ਉਸ ਕਲਾਕਾਰ ਨੂੰ ਕਿ ਉਹਨੂੰ ਕਿੰਨੇ ਲੋਕਾਂ ਨੇ ਪਸੰਦ ਜਾਂ ਨਾ ਪਸੰਦ ਕੀਤਾ ਤੇ ਇਹਦੇ ਅਕੋਰਡਿੰਗ ਜਿਹੜੀ ਇਨਫੋਰਮੇਸ਼ਨ ਹੈ ਉਹ ਲੋਕ ਸਾਂਝੀ ਵੀ ਕਰਦੇ ਨੇ ਤੇ ਨਾਲ ਨਾਲ ਉਹਨਾਂ ਦਾ ਜਿਹੜਾ ਮਨੋਰੰਜਨ ਹੈ ਉਹ ਵੀ ਹੁੰਦਾ ਹੈ ਆਈਸੀਟੀ ਦੇ ਜ਼ਰੀਏ ਸਿਕਿਉਰਿਟੀ ਸਰਵਿਸਿਜ਼ ਐਂਡ ਆਈਸੀਟੀ ਹੁਣ ਹਰ ਫੀਲਡ ਦੇ ਵਿੱਚ ਜਿਹੜੀ ਆਈਸੀਟੀ ਉਹਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਇਹ ਜਿਹੜੀ ਆਈਸੀਟੀ ਹੈ ਉਹ ਸਿਕਿਉਰ ਵੀ ਹੈ ਮੀਨਸ ਜਿਹੜੇ ਕੰਮ ਆਨਲਾਈਨ ਭਾਵੇਂ ਬੈਂਕ ਦੇ ਨਾਲ ਰਿਲੇਟਿਡ ਕੀਤੇ ਜਾ ਰਹੇ ਨੇ ਭਾਵੇਂ ਜਿਹੜੀ ਸਾਡੀ ਫੌਜ ਹੈ ਸੈਨ ਹੈ ਆਮੇ ਪੁਲਿਸ ਵੱਲੋਂ ਜੋ ਇੰਟਰਨੈਟ ਹੈ ਕੰਪਿਊਟਰ ਦਾ ਕੋਈ ਵੀ ਜਾਂ ਜੀਪੀਐਸ ਸਿਸਟਮ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਇਹ ਸਾਰੇ ਹੀ ਸਿਕਿਉਰਿਟੀ ਪ੍ਰੋਵਾਈਡ ਕਰਦੇ ਨੇ ਮੀਨਜ਼ ਜਿਹੜੇ ਜਿਹੜੀ ਕੋਈ ਸੀਕ੍ਰੀਟ ਇਨਫੋਰਮੇਸ਼ਨ ਹੁੰਦੀ ਹੈ ਉਹਦਾ ਸੰਚਾਰ ਵੀ ਮੀਨਜ਼ ਪੂਰੀ ਸਿਕਿਉਰਿਟੀ ਦੇ ਨਾਲ ਕੀਤਾ ਜਾ ਸਕਦਾ ਹੈ ਹੁਣ ਕਿਸੇ ਮੋਬਾਈਲ ਦੀ ਲੋਕੇਸ਼ਨ ਪਤਾ ਲਗਾਉਣ ਤੋਂ ਲੈ ਕੇ ਕੋਈ ਮਿਜ਼ਾਈਲ ਲਾਂਚਿੰਗ ਹੈ ਤੇ ਜੀਪੀਐਸ ਸਿਸਟਮ ਹੈ ਇਹਦੀ ਵਰਤੋਂ ਇਹ ਵੀ ਕੀ ਹੈ ਆਈਸੀਟੀ ਦੇ ਵਿੱਚ ਇੱਕ ਵੱਡਾ ਰੋਲ ਹੈ ਮੀਨਜ਼ ਹਰ ਕੰਮ ਦੇ ਵਿੱਚ ਸਿਕਿਉਰਿਟੀ ਹੈ ਸੁਰੱਖਿਆ ਹੈ ਇਸ ਕਰਕੇ ਅਸੀਂ ਜਿਹੜੀ ਆਈਸੀਟੀ ਹੈ ਉਹਦੇ ਮਹੱਤਵ ਤੋਂ ਮੁਨਕਰ ਨਹੀਂ ਹੋ ਸਕਦੇ ਨੈਕਸਟ ਹੈ ਡਿਜੀਟਲ ਇੰਡੀਆ ਹੁਣ ਇੰਡੀਅਨ ਗਵਰਨਮੈਂਟ ਦੁਆਰਾ ਵੀ ਇੰਡੀਆ ਨੂੰ ਡਿਜੀਟਲ ਇੰਡੀਆ ਬਣਾਉਣ ਦਾ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਹੈ ਇਹਦੇ ਨਾਲ ਹਰੇਕ ਜਿਹੜੇ ਗਵਰਨਮੈਂਟ ਤੇ ਨਾਨ ਗਵਰਨਮੈਂਟਲ ਸੈਕਟਰਸ ਨੇ ਜਿਹੜੀਆਂ-ਜਿਹੜੀਆਂ ਸੇਵਾਵਾਂ ਦੇ ਰਹੇ ਨੇ ਉਹਨਾਂ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ ਹੌਲੀ-ਹੌਲੀ ਤੇ ਤਾਂ ਜੋ ਜਿਹੜਾ ਹਰੇਕ ਵਿਅਕਤੀ ਹੈ ਜੋ ਇਸ ਕੰਟਰੀ ਦੇ ਵਿੱਚ ਰਹਿ ਰਿਹਾ ਹੈ ਹੌਲੀ-ਹੌਲੀ ਇਹਨੇ ਸਾਰੀਆਂ ਸਰਵਿਸਿਜ਼ ਨੂੰ ਯੂਜ਼ ਕਰਨਾ ਸਿੱਖ ਲੇਗਾ ਤੇ ਸਾਰਾ ਜਿਹੜਾ ਕੰਮ ਹੈ ਉਹ ਸਾਰੇ ਜਿਹੜੇ ਲੋਕ ਨੇ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਅਸੀਂ ਨੇ ਆਨਲਾਈਨ ਕਿਵੇਂ ਕਰਨਾ ਹੈ ਦੇਣ ਲੈਣ ਕਿਵੇਂ ਕਰਨਾ ਹੈ ਕਿਵੇਂ ਅਸੀਂ ਆਪਣੀਆਂ ਸਾਡੇ ਕੋਈ ਪ੍ਰੋਡਕਟਸ ਨੇ ਜਾਂ ਸਾਡੇ ਕੋਲ ਕੋਈ ਟੈਲੈਂਟ ਹੈ ਅਸੀਂ ਉਹਨਾਂ ਕਿਸ ਤਰੀਕੇ ਨਾਲ ਦੂਸਰੇ ਨਾਲ ਸ਼ੇਅਰ ਕਰ ਸਕਦੇ ਹਾਂ ਹੁਣ ਹੌਲੀਵੁੱਡ ਜਿਹੜੀਆਂ ਸਰਵਿਸਿਜ਼ ਨੇ ਇਹਨਾਂ ਦੇ ਵਿੱਚ ਪਾਰਦਰਸ਼ਤਾ ਆਉਂਦੀ ਜਾਏਗੀ ਨਾਲ ਨਾਲ ਤੇ ਜਿਹੜਾ ਸਮਾਂ ਤੇ ਪੈਸਾ ਦੋਨਾਂ ਦੀ ਹੀ ਜਿਹੜੀ ਬਚਤ ਹੈ ਉਹ ਹੋਏਗੀ ਜਿਵੇਂ ਕਿ ਕਾਫੀ ਜ਼ਿਆਦਾ ਜਿਹੜੀਆਂ ਸਰਵਿਸਿਜ਼ ਨੇ ਉਹ ਡਿਜੀਟਲ ਇੰਡੀਆ ਦੇ ਤਹਿਤ ਦਿੱਤੀਆਂ ਜਾ ਰਹੀਆਂ ਨੇ ਜਿਵੇਂ ਕਿ ਬੈਂਕ ਦੇ ਵਿੱਚ ਕੋਈ ਵੀ ਜਿਹੜਾ ਇਨਫਾਰਮੇਸ਼ਨ ਹੈ ਉਹ ਵਿਅਕਤੀ ਨੂੰ ਘਰ ਬੈਠੇ ਹੀ ਮਿਲਦੀ ਹੈ ਕੋਈ ਟਿਕਟ ਬੁੱਕ ਕਰਾਉਣੀ ਹੈ ਕੋਈ ਜਿਹੜਾ ਪੈਸਾ ਹੈ ਉਹਦੀ ਆਨਲਾਈਨ ਉਹਨੂੰ ਟ੍ਰਾਂਸਫਰ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਕਿਨੇ ਡਿਜੀਟਲ ਇੰਡੀਆ ਦੇ ਅੰਡਰ ਆਉਂਦੀਆਂ ਨੇ ਹੈਲਪਫੁਲ ਇਨ ਮੈਨੇਜਮੈਂਟ ਫੀਲਡ ਪ੍ਰਬੰਧਨ ਦੇ ਕੰਮ ਦੇ ਵਿੱਚ ਮਹੱਤਵਪੂਰਨ ਆਈਸੀਟੀ ਖੇਤਰ ਨੇ ਬਹੁਤ ਸਾਰੇ ਜਿਹੜੇ ਸੌਫਟਵੇਅਰ ਮੈਨੇਜਮੈਂਟ ਹੈ ਉਹ ਵੀ ਤਿਆਰ ਕੀਤੇ ਨੇ ਇਸ ਫੀਲਡ ਦੇ ਵਿੱਚ ਜਿਹਦੇ ਨਾਲ ਜਿਹੜਾ ਮੈਨੇਜਮੈਂਟ ਹੈ ਉਹਦੇ ਅਧਿਕਾਰੀਆਂ ਦਾ ਕੰਮ ਸੌਖਾ ਵੀ ਹੋਇਆ ਹੈ ਤੇ ਉਹ ਵਧੀਆ ਤਰੀਕੇ ਨਾਲ ਮੀਨ ਜ ਐਫੀਸ਼ੀਐਂਟਲੀ ਵਰਕ ਕਰ ਸਕਦੇ ਨੇ ਇਹ ਜਿਹੜਾ ਸੌਫਟਵੇਅਰ ਹੈ এডਿਕੇਸ਼ਨ ਵਪਾਰ ਤੇ ਜਿਹੜਾ ਹੈਲਥ ਫੈਸਿਲਿਟੀਆਂ ਨੇ ਇਹਨਾਂ ਖੇਤਰਾਂ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਟਾਈਮ ਟੇਬਲ ਸੌਫਟਵੇਅਰ ਹੋ ਗਿਆ ਬਾਇਓਮੈਟ੍ਰਿਕ اٹੈਂਡੈਂਸ ਹੈ ਤੇ ਇਹ ਸਾਰੇ ਕੀ ਨੇ ਹਰ ਇੱਕ ਫੀਲਡ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਜਿਹਦੇ ਨਾਲ ਜਿਹੜਾ ਕਿਸੇ ਵੀ ਕੰਮ ਦਾ ਪ੍ਰਬੰਧ ਕਰਨਾ ਬਹੁਤ ਸੌਖਾ ਹੋ ਗਿਆ ਏ ਇਟ ਸੇਵਸ ਟਾਈਮ ਐਂਡ ਮਨੀ ਹੁਣ ਜਿਹੜੀ ਆਈਸੀਟੀ ਦੀ ਵਰਤੋਂ ਆ ਇਹਦੇ ਨਾਲ ਹਰੇਕ ਫੀਲਡ ਦੇ ਵਿੱਚ ਟਾਈਮ ਤੇ ਪੈਸਾ એનર્ਜੀ ਸਾਰੀਆਂ ਚੀਜ਼ਾਂ ਸੇਵ ਹੋ ਰਹੀਆਂ ਨੇ ਬਚਤ ਹੋ ਰਹੀ ਹੈ ਹੁਣ ਜਿਹੜੀ ਟੈਕਨੋਲੋਜੀ ਹੈ ਉਹਦੇ ਚ ਟਾਈਮ ਟੂ ਟਾਈਮ ਚੇਂजेस ਆਉਂਦੇ ਰਹਿੰਦੀਆਂ ਨੇ ਤੇ ਜਿਹੜੀ ਟੈਕਨੋਲੋਜੀ ਦੇ ਵਿੱਚ ਕ੍ਰਾਂਤੀ ਵੀ ਇੰਨੀ ਆ ਗਈ ਹੈ ਕਿ ਹੁਣ ਜਿਹੜੇ ਇਹਦੇ ਸਾਧਨ ਨੇ ਉਹ ਵੀ ਬਹੁਤ ਜ਼ਿਆਦਾ ਮਹਿੰਗੇ ਨਹੀਂ ਰਹੇ ਤੇ ਤਾਂ ਹੀ ਬਹੁਤ ਜ਼ਿਆਦਾ ਜਿਹੜੀ ਉਹਨਾਂ ਨੂੰ ਮੁਰੰਮਤ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਚੀਜ਼ਾਂ ਹੀ ਇੰਨੀ ਵਧੀਆ ਆ ਰਹੀਆਂ ਨੇ ਕੁਆਲਿਟੀ ਹੀ ਇੰਨੀ ਵਧੀਆ ਆ ਰਹੀ ਹੈ ਇਸ ਕਰਕੇ ਉਹ ਬਹੁਤਾ ਜਲਦੀ ਖਰਾਬ ਵੀ ਨਹੀਂ ਹੁੰਦੀਆਂ ਤੇ ਇੱਕ ਵਾਰ ਜਦੋਂ ਜਿਹੜੇ ਆਈਸੀਟੀ ਦੇ ਸਾਧਨ ਨੇ ਅਸੀਂ ਖਰੀਦ ਲੈਨੇ ਆ ਤਾਂ ਸਾਨੂੰ ਬਹੁਤ ਜ਼ਿਆਦਾ ਦੇਰ ਤੱਕ ਉਤੇ ਕੋਈ ਜਿਹੜਾ ਖਰਚਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਨੈਕਸਟ ਆ ਇੰਪੋਰਟੈਂਸ ਇਨ ਕਮਿਊਨੀਕੇਸ਼ਨ ਹੁਣ ਇਹ ਜਿਹੜੀ ਆਈਸੀਟੀ ਹੈ ਇਹ ਕਮਿਊਨੀਕੇਸ਼ਨ ਕਰਨ ਦੇ ਵਿੱਚ ਵੀ ਮਹੱਤਵਪੂਰਨ ਹੈ ਅਸੀਂ ਸਾਡੇ ਕੋਈ ਦੋਸਤ ਮਿੱਤਰ ਰਿਲੇਟਿਵ ਬਾਹਰ ਬੈਠੇ ਨੇ ਜਾਂ ਦੂਰ ਰਹਿੰਦੇ ਨੇ ਕਿਸੇ ਪਿੰਡ ਦੇ ਵਿੱਚ ਰਹਿੰਦੇ ਨੇ ਅਸੀਂ ਕਿਸੇ ਹੋਰ ਪਿੰਡ ਜਾਂ ਸ਼ਹਿਰ ਦੇ ਵਿੱਚ ਰਹਿ ਰਹੇ ਹਾਂ ਅਸੀਂ ਉਹਨਾਂ ਨਾਲ ਕਮਿਊਨੀਕੇਟ ਕਰਨਾ ਹੈ ਤਾਂ ਆਈਸੀਟੀ ਸਾਡੀ ਜਿਹੜੀ ਬਹੁਤ ਮਦਦ ਉਹ ਕਰਦੀ ਹੈ ਕਿਉਂਕਿ ਅਸੀਂ ਘਰ ਬੈਠੇ ਹੀ ਉਹਨਾਂ ਦਾ ਹਾਲਚਲ ਪੁੱਛ ਸਕਦੇ ਹਾਂ ਜੇਕਰ ਅਸੀਂ ਕਿਸੇ ਵੀ ਰੀਜ਼ਨ ਕਰਕੇ ਨਹੀਂ ਜਾ ਸਕਦੇ ਨਹੀਂ ਮਿਲਣ ਜਾ ਸਕਦੇ ਤਾਂ ਇਹ ਕਿਵੇਂ ਹੈ ਵੀ ਜਿਹੜੀ ਕਮਿਊਨੀਕੇਸ਼ਨ ਹੈ ਉਹ ਪੋਸੀਬਲ ਹੈ through ICT ਤੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਸ਼ੇਅਰ ਕਰਨੀ ਹੈ ਕੋਈ ਮੈਸੇਜ ਲਗਾਉਣਾ ਹੈ ਤਾਂ ਅਸੀਂ ਬੇਝਿਜਕ ਕਿਉਂਕਿ ਸਿਕਿਉਰਿਟੀ ਹੁੰਦੀ ਹੈ ਕੋਈ ਪ੍ਰੋਬਲਮ ਨਹੀਂ ਇਸ ਕਰਕੇ ਅਸੀਂ ਜਿਹੜਾ ਇਹ ਕਮਿਊਨੀਕੇਸ਼ਨ ਦੇ ਵਿੱਚ ਵੀ ਸਾਡੀ ਹੈਲਪ ਹੋ ICT ਕਰਦੀ ਹੈ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਸਿਰਫ ਇੰਨੀ ਥੈਂਕ ਯੂ